ਮੰਗਵਾਲਾ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਨੇ। ਚੋਰ ਹਰ ਰੋਜ਼ ਚੋਰੀ ਦੀਆਂ ਵਾਰਦਾਤਾਂ ਨੂੰ ਬੇਖੌਫ ਹੋ ਕੇ ਅੰਜਾਮ ਦੇ ਰਹੇ ਨੇ। ਤਸਵੀਰਾਂ ਸਾਹਮਣੇ ਆਈਆਂ ਨੇ ਨੇੜਲੇ ਪਿੰਡ ਪਲਾਹੀ ਤੋਂ, ਜਿੱਥੇ ਚੋਰ ਦੋ ਗੱਡੀਆਂ ਨੂੰ ਚੋਰੀ ਕਰਕੇ ਫਰਾਰ ਹੋ ਗਏ, ਜਿਸ ਕਾਰਨ ਪਿੰਡ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀਆਂ ਗੱਡੀਆਂ ਘਰਾਂ ਦੇ ਬਾਹਰ ਖੜੀਆਂ ਕਰਦੇ ਸਨ, ਪਰੰਤੂ ਅੱਜ ਜਦੋਂ ਉਹਨਾਂ ਸਵੇਰੇ ਉੱਠ ਕੇ ਵੇਖਿਆ ਤਾਂ ਉਹਨਾਂ ਦੀਆਂ ਗੱਡੀਆਂ ਘਰ ਦੇ ਬਾਹਰ ਨਹੀਂ ਸੀ, ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਨਾ ਜੀ, ਮੇਰਾ ਮੰਗਲ ਹੁਸੈਨ ਹੈ, ਰਾਜੇ ਦਾ ਨਾਂ ਹੈ ਸਮੀਰ ਮੁਹੰਮਦ। ਹਾਂਜੀ, ਗੱਡੀ ਚਲਾਉਂਦਾ ਉਹ, ਅਤੇ ਰਾਤ ਉਹ ਗੱਡੀ ਤੋਂ ਆਇਆ ਸੀਗਾ ਕਿ ਮਰੀਜ਼ ਨੂੰ ਨਾਲ ਲੈ ਕੇ ਗਿਆ ਹੋਇਆ ਸੀ। ਸਾਰੀ ਦਿਹਾੜੀ ਉੱਥੇ ਰਿਹਾ ਜਲੰਧਰ, ਤੋਂ ਰਾਤ ਨੂੰ ਆਇਆ ਤਕਰੀਬਨ 10 ਵਜੇ, ਗੱਡੀ ਖੜੀ ਕੀਤੀ ਆ, ਰੋਟੀ ਪਾਣੀ ਖਾ ਕੇ ਤਕਰੀਬਨ 11 ਵਜੇ ਅਸੀਂ ਸੁੱਤੇ ਹਾਂ। ਉਸ ਤੋਂ ਬਾਅਦ ਫਿਰ ਰਾਤ ਨੂੰ ਕੋਈ ਗੱਡੀ ਬਾਹਰੋਂ ਹੀ ਲੈ ਗਿਆ। ਸਵੇਰੇ ਅਸੀਂ 4 ਵਜੇ ਉੱਠੇ, 4:15 ਵਜੇ ਬਾਹਰ ਨੂੰ ਨਿਕਲੇ ਤਾਂ ਪਤਾ ਲੱਗਾ ਵੀ ਗੱਡੀ ਸਾਡੀ ਇੱਥੇ ਨਹੀਂ, ਅਤੇ ਹੁਣ ਦੇਖਭਾਲ ਕਰਦੇ ਆ। ਉਸ ਤੱਕ ਵੀ ਰਿਪੋਰਟ ਪਾਈ ਆ, ਦਿੱਤੀ ਆ, ਹੁਣ ਸਾਰੀ ਦੇਖਭਾਲ ਕਰ ਰਹੇ। ਸੀਸੀਟੀਵੀ ਕੈਮਰੇ ਚਾਹੀਦਾ? ਸੀਸੀਟੀਵੀ ਕੈਮਰੇ ਸਾਰੇ ਜਿਹੜੇ ਪਿੰਡ 'ਚ ਹੋਰ ਜਾਂ ਮੰਦਰ 'ਚ ਵੀ ਲੱਗੇ ਉਹ ਵੀ ਚੈੱਕ ਕਰ ਲਏ ਆ, ਗੁਰਦੁਆਰੇ 'ਚ ਲੱਗੇ ਉਹ ਵੀ, ਜੇ ਕੋਈ ਦੁਕਾਨਾਂ 'ਤੇ ਲੱਗੇ ਚੈੱਕ ਕਰਦੇ, ਕੁਛ ਪਤਾ ਲੱਗਾ ਵਾ ਉਹਦੇ ਵਿੱਚੋਂ ਕਿ ਗੱਡੀਆਂ ਆਇਆਂ ਨੂੰ ਗਈਆਂ ਕੋਈ ਜਲੰਧਰ ਏਰੀਆ ਨੂੰ ਲੰਘ ਕੇ ਗਈਆਂ ਵਾ। ਉਹਨਾਂ ਵਿੱਚ ਨੰਬਰ ਤਾਂ ਨਹੀਂ ਆਉਂਦੇ, ਅਤੇ ਫਿਰ ਵੀ ਸਹਿਯੋਗ ਕਰ ਰਹੇ ਪੁਲਿਸ ਵਾਲੇ, ਅਤੇ ਉਹ ਦੇਖ ਰਹੇ ਵੀ ਹੋਰ ਕੈਮਰੇ ਵੀ ਚੈੱਕ ਕਰ ਰਹੇ ਆ, ਜੇ ਪਤਾ ਲੱਗ ਜਾਵੇ ਤਾਂ। ਪੁਲਿਸ ਨੂੰ ਜਾਣਕਾਰੀ ਦੇ ਦਿੱਤੀ? ਹਾਂਜੀ, ਪੁਲਿਸ ਨੂੰ ਸਵੇਰੇ ਹੀ ਜਾਣਕਾਰੀ ਦੇ ਦਿੱਤੀ, ਜਿੱਦਾਂ ਪਤਾ ਲੱਗਾ ਫੌਰਨ ਉਸੇ ਟਾਈਮ ਉਹਨਾਂ ਨੂੰ ਇਤਲਾਹ ਕਰ ਦਿੱਤੀ ਸੀ। ਉਹਨਾਂ ਦਾ ਮੁਲਾਜ਼ਮ ਆ ਗਿਆ ਸੀ ਮੌਕਾ ਦੇਖ ਕੇ, ਫਿਰ ਦੁਬਾਰਾ ਗਏ ਤਾਂ ਉੱਥੇ ਰਿਪੋਰਟ ਲਿਖਵਾ। ਗੱਡੀ ਕਿਹੜੀ ਸੀ ਆਪਣੀ? ਗੱਡੀ ਨੋਵਾ ਜੀ। ਮਾਮਲਾ ਇਹ ਹੈ ਜੀ, ਮੈਂ ਰਾਤੀ ਗੱਡੀ ਖੜੀ ਕੀਤੀ ਹੈ ਇੱਥੇ ਆਪਣੇ ਮਾਮੇ ਦੇ ਘਰ ਦੇ ਮੂਹਰੇ। ਕੀ ਨਾਂ ਜੀ ਆਪਣਾ? ਮੇਰਾ ਨਾਂ ਟੀਨਾ ਲੋਹੀ ਹੈ ਜੀ। ਹਾਂਜੀ, ਅਤੇ ਜਦੋਂ ਮੈਂ ਸਵੇਰੇ ਉੱਠ ਕੇ ਦੇਖਿਆ ਅਤੇ ਜਿੱਦਾਂ ਜਾਣੀ ਕਿ ਗੱਡੀ ਹੈ ਨਹੀਂ ਸੀ, ਅਤੇ ਮੇਰੀ ਗੱਡੀ ਦਾ ਨੰਬਰ ਹੈਗਾ PB24C 9217, ਵਾਈਟ ਕਲਰ ਦੀ ਟੋਇਟਾ ਵਟਾਓਸੇ ਗੱਡੀ ਮਾਡਲ ਆ। ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਤੁਸੀਂ? ਹਾਂਜੀ ਹਾਂਜੀ, ਮੈਂ ਕੀਤਾ ਫੋਨ। ਹਾਂਜੀ, ਸੂਚਨਾ ਦਿੱਤੀ ਪੁਲਿਸ ਨੂੰ? ਹਾਂਜੀ ਹਾਂਜੀ, ਪੁਲਿਸ ਨੂੰ ਸੂਚਨਾ ਦਿੱਤੀ। ਅਤੇ ਕੋਈ CCTV ਕੈਮਰੇ 'ਚ ਆਈ ਹੋਵੇ ਗੱਡੀ? ਸਾਡੇ ਮਾਮੇ ਉਹਨੇ ਲੱਗਾ, ਉਹਦੇ ਵਿੱਚ ਦਿਖਦੀਆਂ ਪਈਆਂ ਦੋਨੇ ਗੱਡੀਆਂ ਜਾਂਦੀਆਂ, 2 ਗੱਡੀ ਚੋਰੀਆਂ ਹੋਈਆਂ। ਕਿੰਨੇ ਕੁ ਵਜੇ ਦੇ ਕਰੀਬ ਹੋਇਆ? ਇਹ ਕੋਈ 1:30 ਵਜੇ ਦੀ ਗੱਲ ਆ ਜੀ। ਦੂਸਰੀ ਗੱਡੀ ਵੀ ਪਿੰਡ 'ਚੋਂ ਚੋਰੀ ਹੋਈ? ਹਾਂਜੀ, ਪਿੰਡ 'ਚੋਂ ਚੋਰੀ ਹੋਈ। ਕਿਹੜੀ ਸੀ ਦੂਸਰੀ ਗੱਡੀ ਦਾ ਨਾਮ? ਉਹ ਦੂਜੀ ਆਪਣੇ ਇਨੋਵਾ। ਅਤੇ ਕਿੰਨੇ ਕੁ ਵਜੇ ਦੇ ਕਰੀਬ ਆਪਾਂ ਨੂੰ ਪਤਾ ਲੱਗਾ? ਮੈਨੂੰ ਤਾਂ, ਮੈਂ ਸਵੇਰੇ ਅਸੀਂ ਤਾਂ ਸਵੇਰੇ ਦੇਖਿਆ ਜੀ ਉਹਦੇ। ਫਿਲਹਾਲ ਗੱਡੀਆਂ ਚੋਰੀ ਹੋਣ ਸੰਬੰਧੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਬਹੁਤ ਜਲਦ ਚੋਰਾਂ ਨੂੰ ਕਾਬੂ ਕਰ ਲਿਆ ਜਾਏਗਾ, ਪਰੰਤੂ ਹੈਰਾਨੀ ਦੀ ਗੱਲ ਇਹ ਹੈ ਕਿ ਆਖਿਰ ਕਿੰਨਾ ਚਿਰ ਪੰਜਾਬ 'ਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ, ਜਾਂ ਪੁਲਿਸ ਵਿਭਾਗ ਦੇ ਅਧਿਕਾਰੀ ਕਦੇ ਇਹਨਾਂ ਘਟਨਾਵਾਂ ਨੂੰ ਰੋਕਣ 'ਚ ਸਫਲ ਹੋਣਗੇ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਜ਼ਰੂਰ ਹੈ। ਗੱਡੀਆਂ ਚੋਰੀ ਹੋਣ ਬਾਰੇ 2 ਦਰਖਾਸਤਾਂ ਆਈਆਂ ਨੇ ਜੀ। 2 ਗੱਡੀਆਂ ਪਿੰਡ ਪਲਾਈ ਤੋਂ ਚੋਰੀ ਹੋਈਆਂ ਨੇ ਜੀ। 1 ਗੱਡੀ ਹੈਗੀ ਜੀ ਸ਼ਮੀਰ ਮੁਹੰਮਦ ਉਰਫ ਰਾਜਾ ਸਨ ਆਫ ਮੰਗਲ ਹੁਸੈਨ, ਇਹ ਮਸੀਦ ਦੇ ਨਜ਼ਦੀਕ ਪਲਾਈ ਪਿੰਡ ਤੋਂ ਚੋਰੀ ਹੋਈ ਹੈ ਜੀ। ਗੱਡੀ ਨੰਬਰ ਹੈਗਾ ਜੀ PB08EQ5788, ਇਨੋਵਾ ਗੱਡੀ ਹੈ ਜੀ, ਵਾਈਟ ਕਲਰ ਦੀ, ਇਹ ਚੋਰੀ ਹੋਈ ਹੈ ਜੀ। ਦੂਜੀ ਗੱਡੀ ਹੋਈ ਟੀਨਾ ਪੁੱਤਰ ਚੰਨਰਾਮ ਵਾਸੀ ਪਲਾਈ, ਇਹਦਾ ਗੱਡੀ ਨੰਬਰ ਹੈਗਾ ਜੀ PB24C 9917, ਇਹ ਹੈਗੀ ਜੀ ਟਾਟਾ ਟਿਓਸ ਗੱਡੀ, ਇਹ ਵੀ ਚਿੱਟੇ ਰੰਗ ਦੀ। ਇਹਨਾਂ ਦੋਨਾਂ ਦੀਆਂ ਚੋਰੀ ਦੀਆਂ ਦਰਖਾਸਤਾਂ ਮੇਰੇ ਕੋਲ ਆ ਗਈਆਂ ਨੇ ਜੀ, ਅਤੇ CCTV ਕੈਮਰੇ ਚੈੱਕ ਕਰਨ ਡਏ ਆ ਜੀ, ਤਫਤੀਸ਼ ਜਾਰੀ ਹੈ ਜੀ ਅੱਗੇ। ਅਤੇ ਕੀ ਕਾਰਵਾਈ ਕੀਤੀ ਜਾ ਰਹੀ ਫਿਲਹਾਲ? ਇਹਦੇ ਹਫਾਜ਼ਤ ਦੀ ਘੜੀ ਪਰਚਾ ਦਰਜ ਕੀਤਾ ਜਾਏਗਾ ਚੋਰੀ ਦਾ, ਸਾਰੇ ਵਿਅਕਤੀਆਂ ਦੇ CCTV ਕੈਮਰੇ ਦੀ ਭਾਲ 'ਤੇ ਫੜੇ ਜਾਣਗੇ ਦੋਸ਼ੀ? ਕੋਸ਼ਿਸ਼ 100% ਫੜੇ ਜਾਣਗੇ ਜੀ, ਫੜੇ ਕਿਉਂ ਨਹੀਂ ਜਾਣਗੇ।